गल तुसीं स्टेज ते बोली ओ रियलिटी आ भी सानू ओ गल्लां उदों समझ आउंदियां जिन्होंने सानू सिखाईआं हुंदियां जदों साडे कोल नहीं रहिंदे असीं मन्नदे इस गल नूं बट इहदा रीज़न की आ ते मैं अल्टरनेट भी तुहाडे कोल जानना चाहूंगा भी आपां नूं की करना चाहीदा कि आपां नूं उहनां दे रहिंदे रहिंदे समझ आ जावे। देखो जिवें हुण मेरे डैड नूं ते अपने फादर दे रहिंदे रहिंदे ही गल्लां समझ आईआं सी राइट तो मैनू लगता मेरा इदा नहीं है कि उन्होंने होन दे नाल मैनू समझ नहीं आए तो हुण नहीं है तो मैनू हुण समझ आ रही है मैनू विद एज वो गल्लां समझ आई हैं मेरी खुद की जिंदगी की जर्नी जिहोजी रही है जो मैनू तकलीफां का सामना करना पिया और मैनू कई लोगों की थोड़ी असलियत का पता लगे और मैनू थोड़े धक्के लगे फिर मैनू पापा जी की गल्लां का मतलब समझ आने लग गया। कहते ना कि तुसी किसी ने ठोकर खाधी तो तुहानूं समझ आ जाएगी अच्छा तो ठोकर पैंदी है शायद तुहानूं ना समझ आए जब तक तुसी आप उत्थे जाओगे तो आप ठोकर नहीं खाओगे। सो इट्स द सेम ਤੁਹਾਡਾ ਵੀ ਐਕਸਪੀਰੀਅੰਸ ਇਦਾਂ ਦਾ ਕਿ ਕੁਝ ਅਲੱਗ ਹੈ ਇਸ ਟੌਪਿਕ ਤੇ? ਆਈ ਵੁੱਡ ਸੇ ਸੋ ਆਈ ਥਿੰਕ ਜਿਹੜੀ ਇੱਕ ਫਿਤਰਤ ਹੁੰਦੀ ਹੈ ਇਨਸਾਨ ਦੀ ਹੈ ਨਾ ਜਨਰਲੀ ਸਪੀਕਿੰਗ ਉਹ ਇੱਦਾਂ ਦੀ ਹੈ ਕਿ ਜਦੋਂ ਆਪਣੇ ਕੋਲ ਚੀਜ਼ ਕੁਛ ਕੋਈ ਨਹੀਂ ਹੁੰਦੀ ਉਹਦੀ ਕਦਰ ਨੈਚੁਰਲੀ ਆਪਾਂ ਨੂੰ ਉਹਦੀ ਕਦਰ ਜ਼ਿਆਦਾ ਹੁੰਦੀ ਹੈ ਉਸ ਪੁਆਇੰਟ 'ਤੇ ਜਦੋਂ ਹੁੰਦੀਆਂ ਇਹ ਚੀਜ਼ਾਂ ਆਪਾਂ ਫੋਰ ਗਰਾਂਟਿਡ ਲੈ ਲੈਂਦੇ ਹਾਂ ਬੇਸ਼ੱਕ ਉਹ ਹੁਣ ਕੋਵਿਡ ਦੇ ਜਿਹੜਾ ਸਾਲ ਸੀਗਾ ਬੇਸ਼ੱਕ ਉਹ ਆਜ਼ਾਦੀ ਸੀ ਆਪਣੇ ਤੁਰਨ ਫਿਰਨ ਦੀ ਟਰੈਵਲ ਕਰਨ ਦੀ ਆਈ ਡੋਂਟ ਥਿੰਕ ਮੈਂ ਕਦੇ ਪਹਿਲਾਂ ਇੰਨੀ ਖੁਸ਼ ਹੋਈ ਸੀ ਇੱਕ ਐਰੋਪਲੇਨ 'ਚ ਬੈਠ ਕੇ ਜਿੰਨੀ ਕੋਵਿਡ ਤੋਂ ਬਾਅਦ ਪਹਿਲੀ ਫਲਾਈਟ ਲੈ ਕੇ ਹੋਈ ਸੀ ਬਿਕੋਜ਼ ਇਟ ਵਾਜ਼ ਟੇਕਨ ਫੋਰ ਗਰਾਂਟਿਡ ਹੈ ਨਾ। ਸੋ ਇਹ ਤਾਂ ਹੋ ਗਈ ਕਿ ਇਨਸਾਨ ਦੀਆਂ ਕੁਛ ਚੀਜ਼ਾਂ ਨੇ ਜੋ ਫਿਤਰਤੀ ਹੀ ਉਹਦੇ ਅੰਦਰ ਹੁੰਦੀਆਂ ਨੇ ਯੂਨੋ ਪਿਆਰ ਹੋਵੇ ਡਰ ਹੋਵੇ ਜਾਂ ਫਿਰ ਕੋਈ ਵੀ ਜਿਹੜੇ ਆਪਣੇ ਅੰਦਰ ਘੁੱਟ ਘੁੱਟ ਕੇ ਕਮੀਆਂ ਅਤੇ ਕੁਆਲਿਟੀਜ਼ ਪਾਈਆਂ ਨੇ ਉਹਨਾਂ ਨੂੰ ਆਪਾਂ ਕੰਟਰੋਲ ਕਿੱਦਾਂ ਕਰਦੇ ਹਾਂ ਉਹ ਏਜ ਅਤੇ ਐਕਸਪੀਰੀਅੰਸ ਨਾਲ ਹੀ ਜਦੋਂ ਤੁਹਾਡੇ ਖੁਦ 'ਤੇ ਕਹਿੰਦੇ ਹੱਡੀ ਹੱਡ ਬੀਤੀ ਗੱਲ ਇੱਦਾਂ ਕਹਿੰਦੇ ਨੇ ਹਾਂ ਜਦੋਂ ਉਹ ਹੁੰਦਾ ਆ ਫਿਰ ਤੁਸੀਂ ਉਸਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਹੋ ਨਹੀਂ ਤਾਂ ਇਟਸ ਆਲਵੇਜ਼ ਸਮਰੀ ਐਲਸਿਸ ਐਕਸਪੀਰੀਅੰਸ ਕਿਸੇ ਹੋਰ ਦਾ ਐਕਸਪੀਰੀਅੰਸ ਕਿਸੇ ਹੋਰ ਦੀ ਓਪੀਨੀਅਨ ਕਿਸੇ ਹੋਰ ਦੀ ਮਿਸਟੇਕ ਹੈ ਨਾ ਭੁੱਲ ਤੁਸੀਂ ਆਪ ਕਰਕੇ ਹੀ ਮਹਿਸੂਸ ਕਰ ਸਕਦੇ ਹੋ ਕਿ ਆਹ ਭੁੱਲ ਹੈ ਕਿਸੇ ਹੋਰ ਦੀ ਮਿਸਟੇਕ ਨੂੰ ਕਦੇ ਆਪਣੇ ਕੰਧਿਆਂ ਤੋਂ ਤੁਸੀਂ ਲੈ ਵੀ ਨਹੀਂ ਸਕਦੇ ਤਾਂ ਨਾ ਹੀ ਲਉਂਗੇ ਸੋ ਯਾ